ਫੜ ਕੇ ਵਾਲਾਂ ਤੋਂ ਫੜ ਕੇ ਲੈ ਕੇ ਆਇਆ ਕੁੜੀ ਨੂੰ, ਠੀਕ ਹੈ, ਆਹ ਬੜੀ ਮੁਸ਼ਕਿਲ ਨਾਲ ਛਡਾਇਆ ਬੰਦਿਆਂ ਨੇ, ਮਹੱਲੇ ਵਾਲੇ ਬੜੀ ਮੁਸ਼ਕਿਲ ਨਾਲ, ਆਹ ਦੇਖੋ ਨਹੀਂ ਛਡਾਇਆ ਜੀ ਉਹਨੇ ਉਹਦੇ ਘਰ, ਕਹਿੰਦਾ ਤੂੰ ਹੁੰਦੀ ਨਹੀਂ ਸੈਡ ਜਾਂ ਮੈਂ ਆਵਾਂ, ਮੈਨੂੰ ਤਾਂ ਜੀ ਮੈਂ ਦਸ ਘਬਰਾਈ ਹੋਈ ਆ, ਨਾ ਮੈਨੂੰ ਬੋਰ ਹੁੰਦਾ ਆ, ਨਾ ਮੈਂ ਕਦੀ ਗਾਲ ਕੱਢੀ, ਨਾ ਬੋਰ ਇਹਨੇ ਆ ਕੇ ਮੇਰੇ ਇੰਨੀ ਗੱਲ 'ਤੇ ਥੱਪੜ ਮਾਰ, ਥੱਪੜ ਮਾਰਿਆ ਉੱਤਰ ਕੇ, ਹਾਂਜੀ ਹਾਂਜੀ ਕੀਤੀ ਆ, ਪੁਲਿਸ ਭਲੀ ਕੋਈ ਗੱਲ ਨਹੀਂ ਸਾਡੀ ਸੁਣਦੀ, ਸਾਨੂੰ ਦੋ ਦਿਨ ਹੋ ਗਏ ਜਾਂਦੇ, ਕੁੜੀਆਂ ਨੇ ਕਹਿੰਦੇ ਥੱਪੜ ਮਾਰ ਦਿੱਤਾ ਜੀ ਆਪਣੇ ਬਰਫੀ ਚੌਂਕ ਦੇ ਕੋਲ, ਠੀਕ ਆ ਜੀ, ਜਦੋਂ ਅਸੀਂ ਇੱਥੇ ਆਏ ਸਾਨੂੰ ਵੀ ਘੇਰਿਆ, ਸਾਡੇ ਮੁੰਡੇ 'ਤੇ ਚਾਬੀ ਵੀ ਕੱਢ ਲਈ, ਠੀਕ ਆ ਜੀ, ਦੂਏ ਦਿਨ ਫਿਰ ਅਸੀਂ ਠਾਣੇ ਗਏ, ਉਹ ਕਹਿੰਦੇ ਕਾਰਵਾਈ ਕਰਦੇ ਹਾਂ ਜੀ, ਤੁਹਾਡਾ ਮੈਡੀਕਲ ਨਹੀਂ ਆ, ਸਾਨੂੰ ਇੱਥੇ ਘੁਮਾਈ ਜਾਂਦੇ, ਜਾਣੀ ਕਿ ਹਲੇ ਤੱਕ ਉਹਨਾਂ ਕੀਤਾ ਕੁਛ ਨਹੀਂ ਹੈਗਾ ਜੀ। ਮੈਂ ਆਪਣੀ ਭੈਣ ਨੂੰ ਛਡਾਉਣ ਗਈ ਅੰਦਰੋਂ ਦੀ, ਜਗਜੀਤ ਨੇ ਮੇਰਾ ਗਲਾ ਫੜ ਕੇ ਮੇਰਾ ਟੌਪ ਫੜਿਆ। ਪ੍ਰਿਅੰਕਾ, ਸ਼ਨੀਵਾਰ ਸੀਗੀ ਸ਼ੋਭਾ ਯਾਤਰਾ ਰਵਿਦਾਸ ਮਹਾਰਾਜ ਜੀ ਦੀ, ਉੱਥੇ ਸੀਗਾ ਬੋਰਾ 'ਚ ਸੀਗਾ, ਮੈਨੂੰ ਕਹਿੰਦੇ ਸਾਈਡ ਹੋ ਜਾ, ਮੈਂ ਕਿਹਾ ਭਾਅ ਜੀ ਹਜੇ ਮੈਂ ਖੜ੍ਹੀ ਹਾਂ ਵੀ ਰਸ਼ ਬਹੁਤ ਆ, ਮੈਂ ਕਿੱਧਰ ਨੂੰ ਜਾਵਾਂ, ਕਹਿੰਦਾ ਤੂੰ ਹੁੰਦੀ ਨਹੀਂ ਸੈਡ ਜਾਂ ਮੈਂ ਆਵਾਂ ਥੱਲੇ, ਮੈਂ ਕਿਹਾ ਭਾਅ ਜੀ ਜਦੋਂ ਅਗਲੇ ਬੰਦੇ ਸੈਡ ਹੋਊਂਗੇ ਮੈਂ ਤਾਂ ਹੀ ਹੋਊਂਗੀ, ਇਹਨੇ ਆ ਕੇ ਮੇਰੇ ਇੰਨੀ ਗੱਲ 'ਤੇ ਥੱਪੜ ਮਾਰਤਾ, ਉਹ ਜੀਪ 'ਤੇ ਸੀਗੇ, ਸਾਰੀ ਮੰਡੀਰੀ ਸੀਗੀ, ਹਾਂਜੀ 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 ਸਾਡੇ ਮੁਹੱਲੇ ਦੀ ਆ ਸਾਰੇ ਮੁੰਡੇ, ਹਾਂਜੀ ਮੈਂ ਰੋਂਦੀ ਆਪਣੀ ਮੰਮੀ ਕੋ ਆਈ, ਆਪਣੀ ਭੈਣਾਂ ਕੋ ਆਈ, ਮੈਂ ਸਾਰਾ ਦੱਸਿਆ ਉਹਨਾਂ ਨੂੰ ਵੀ ਇੱਦਾਂ ਗੱਲ ਹੋਈ, ਸਧਾਰਨ ਗੱਲ ਕਰਨ ਗਏ ਉਹਨਾਂ ਦੇ ਘਰੇ, ਸਧਾਰਨ ਵੀ ਨਹੀਂ ਗੱਲ ਕੀਤੀ ਉਹਨਾਂ ਨੇ, ਕਹਿੰਦੇ ਕਾਹਤੇ ਪੰਚਾਇਤ ਇਕੱਠੀ ਕੀਤੀ ਆ ਵੀ ਚਲੋ ਆਪਣੇ ਬਾਹਰ ਨਿਕਲੋ, ਮੇਰੇ ਮੰਮਾ ਸੀਗੇ, ਮੈਂ ਸੀਗੀ, ਮੇਰੇ ਦੋਨੋਂ ਭੈਣਾਂ ਸੀਗੀਆਂ, ਮੇਰੇ ਭਰਾ ਸੀ, ਮੇਰੀ ਮਾਸੀ ਦਾ ਮੁੰਡਾ ਸੀਗਾ, ਉਸ ਤੋਂ ਬਾਅਦ ਉਹਨਾਂ ਦੇ ਘਰੇ ਗਏ ਆ, ਕਹਿੰਦਾ ਹਜੇ ਤਾਂ ਪਈਆਂ ਨਹੀਂ ਹਜੇ ਤਾਂ ਤੇਰੇ ਪੈਣੀਆਂ ਆ, ਇੰਨੀ ਗੱਲ ਇੱਤ ਹੋਰ ਵੱਧ ਗਈ, ਹਾਂਜੀ 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 ਅਗਲੇ ਦਿਨ ਆਏ ਆ, ਮੇਰੀ ਭੈਣ ਸੀਗੀ ਵੱਡੇ ਮੇਰੇ ਤੋਂ ਪ੍ਰੀਆ, ਅੰਦਰ ਬੈਠੇ ਸੀਗੇ ਉਹ, ਅੰਦਰੋਂ ਫੜ ਕੇ ਉਹਨਾਂ ਦੇ ਵਾਲਾਂ ਤੋਂ ਬਾਹਰ ਲੈ ਕੇ ਗਏ ਆ, ਉੱਥੇ ਵੀ ਪਹਿਲਾਂ ਇੱਥੇ ਥੱਪੜ ਮਾਰਿਆ, ਬਾਹਰ ਜਾ ਕੇ ਵੀ ਥੱਪੜ ਮਾਰਿਆ, ਮੇਰੇ ਜਗਜੀਤ ਮਾਹੀ ਉਹਨਾਂ ਨੇ ਮੇਰੇ ਗਲਾ ਘੁੱਟਤਾ, ਹਾਂਜੀ 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 ਕੈਮਰੇ ਲੱਗਿਆ, ਹਾਂਜੀ ਉਸੇ ਟਾਈਮ ਗਏ ਆ, ਹਾਂਜੀ ਕਹਿੰਦੇ ਕਾਰਵਾਈ ਕਰੋ, ਅਸੀਂ ਕੰਮ ਕਰ ਜਾਂਦੇ ਹਾਂ, ਅਸੀਂ ਪੜ੍ਹ ਕੇ ਵੀ ਘਰ ਆਉਂਦੇ ਹਾਂ, ਕੱਲ੍ਹ ਨੂੰ ਸਾਡੇ 'ਤੇ ਕੋਈ ਗੱਲ ਹੋ ਗਈ ਤਾਂ ਅਸੀਂ ਇਲਜ਼ਾਮ ਇਹਨਾਂ 'ਤੇ ਹੀ ਲਾਵਾਂਗੇ ਸਾਰਾ ਵੀ ਇਹਨਾਂ ਨੇ ਕੀਤਾ ਆ, ਕੱਲ੍ਹ ਨੂੰ ਸਾਡੇ 'ਤੇ ਕੋਈ ਗੱਲ ਹੋ ਗਈ, ਮੇਰੇ ਤਾਇਆ ਜੀ 'ਤੇ ਕੋਈ ਗੱਲ ਹੋ ਗਈ, ਉਹ ਵੀ ਆਉਂਦੇ ਜਾਂਦੇ ਆ, ਉਹਨਾਂ ਨੂੰ ਵੀ ਰਾਤ ਨੂੰ ਟਾਈਮ ਹੋ ਜਾਂਦਾ ਆ, ਕੱਲ੍ਹ ਨੂੰ ਕੋਈ ਵੀ ਗੱਲ ਹੋ ਗਈ ਤਾਂ ਅਸੀਂ ਸਾਰੀ ਗੱਲ ਇਹਨਾਂ 'ਤੇ ਹੀ ਲਾਵਾਂਗੇ। ਮੇਰਾ ਨਾਮ ਪ੍ਰੀਆ, ਇਹ ਆਪਣੇ ਨਗਰ ਕੀਰਤਨ ਵਾਲੇ ਦਿਨ ਮੇਰੇ ਭੈਣ ਦੇ ਥੱਪੜ ਮਾਰਿਆ ਇਹਨਾਂ ਨੇ, ਗਗਨ ਅਮਨਦੀਪ ਮਾਹੀ ਨੇ, ਅਤੇ ਫਿਰ ਅਸੀਂ ਇਹਨਾਂ ਦੇ ਘਰੇ ਗਏ, ਸਾਰਾ ਕੋਈ ਗੱਲ ਹੋਈ, ਚਲੋ ਇਹਨਾਂ ਨੇ ਫਿਰ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਗਾਲਾਂ ਕੱਢੀਆਂ, ਅਸੀਂ ਆ ਗਏ, ਫਿਰ ਦੂਸਰੇ ਦਿਨ ਫਿਰ ਇਹ ਸਾਡੇ 'ਤੇ ਘਰੇ ਹਮਲਾ ਕਰਨ ਆ ਗਏ, ਫਿਰ ਇਹਨਾਂ ਨੇ ਜਿਹੜਾ ਅਮਨਦੀਪ ਮਾਹੀ ਆ ਉਹਨੇ ਮੇਰੇ ਵਾਲਾਂ ਤੋਂ ਫੜ ਕੇ ਮੈਨੂੰ ਘੜੀਸ ਕੇ ਬਾਹਰ ਤੱਕ ਲੈ ਗਿਆ, ਔਰ ਮੇਰੀ ਜਿਹੜਾ ਇਹਦਾ ਦੂਸਰਾ ਭਰਾ ਆ ਜਗਜੀਤ ਮਾਹੀ ਉਹਨੇ ਵੀ ਮੇਰੇ ਭੈਣ ਦੇ ਗਲੇ ਨੂੰ ਹੱਥ ਪਾਇਆ ਅਤੇ ਉਹਦੇ ਸਾਰਾ ਟੋਪ ਵੀ ਪਾੜਤਾ, ਅਤੇ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਸਾਡਾ ਪਿਓ ਸਾਡੇ ਸਿਰ 'ਤੇ ਨਹੀਂ ਹੈਗਾ ਅਤੇ ਇਹਨਾਂ ਨੇ ਸਾਡੇ ਨਾਲ ਇੱਦਾਂ ਹਰਕਤ ਕੀਤੀ। ਜਦੋਂ ਅਸੀਂ ਇਹਨਾਂ ਦੇ ਘਰ ਸਧਾਰਨ ਗੱਲ ਕਰਨ ਗਏ ਹਾਂ ਕਿ ਤੁਹਾਡੇ ਮੁੰਡੇ ਨੇ ਸਾਡੀ ਕੁੜੀ 'ਤੇ ਕਿਉਂ ਥੱਪੜ ਮਾਰਿਆ,
ਇਹ ਆਏ ਅਤੇ ਇਹਨਾਂ ਨੇ ਅਸੀਂ ਤਾਂ ਸਿਰਫ ਕਿਹਾ ਚਲੋ ਕੋਈ ਗੱਲ ਨਹੀਂ ਬੈਠ ਕੇ ਅਸੀਂ ਗੱਲ ਕਰਦੇ ਹਾਂ, ਇਹਨਾਂ ਨੇ ਕਿਹਾ ਹਾਂ ਬਈ ਤੁਸੀਂ ਇੱਥੇ ਪੰਚਾਇਤ ਇਕੱਠੀ ਕੀਤੀ ਆ, ਕੀ ਗੱਲ ਹੋਈ ਆ, ਅਤੇ ਇਹਨਾਂ ਨੇ ਗਾਲਾਂ ਕੱਢੀਆਂ, ਫਿਰ ਉਹ ਥੱਪੜ ਤਾਂ ਚਲੋ ਮਾਰਿਆ, ਫਿਰ ਬਾਅਦ ਵਿੱਚ ਜਿਹੜਾ ਅਮਨ ਦੀ ਮਾਈ ਉਹ ਕਹਿੰਦਾ ਆ ਜਾ ਤੇਰੇ ਵੀ ਥੱਪੜ ਲਾਵਾਂ ਇੱਕ, ਬਾਅਦ ਵਿੱਚ ਫਿਰ ਅਸੀਂ ਇਹਨਾਂ ਨੇ ਸਾਨੂੰ ਕਿਹਾ ਧੱਕੇ ਮਾਰ ਕੇ ਬਾਹਰ ਕੱਢਤਾ। ਜਿਹੜੀ ਗੱਲ ਹੋਈ ਹੈ, ਹਾਂਜੀ ਅਸੀਂ ਤਾਂ ਇਹੀ ਇਨਸਾਫ ਮੰਗਦੇ ਹਾਂ ਜੀ, ਸਾਡੀਆਂ ਕੁੜੀਆਂ 'ਤੇ ਹਮਲਾ ਕੀਤਾ ਗਿਆ ਆ, ਸ਼ੋਭਾ ਯਾਤਰਾ ਗਈ ਸੀਗੀ ਉੱਥੇ ਸਾਡੇ ਥੱਪੜ ਨਜਾਇਜ਼ ਮਾਰਿਆ ਗਿਆ, ਸਾਡਾ ਨਜਾਇਜ਼ ਕਰਦੇ ਹੋਏ ਆ ਜੀ, ਸਾਡੇ ਘਰ ਦੇ ਜੀ ਸਾਡੇ ਸਿਰ 'ਤੇ ਨਹੀਂ ਹੈਗੇ, ਅਤੇ ਨਜਾਇਜ਼ ਸਾਡੇ ਅੰਦਰ ਆ ਕੇ ਸਾਡੇ ਕੁੜੀਆਂ ਨਾਲ ਨਜਾਇਜ਼ ਕੀਤੀ ਇਹਨਾਂ ਨੇ, ਹੱਥੋਂ ਪਾਈ ਹੋਈ, ਸਾਡੀ ਕੋਈ ਕਾਰਵਾਈ ਨਹੀਂ ਹੋਈ ਜੀ, ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ, ਸਾਨੂੰ 2 ਦਿਨ ਹੋ ਕੇ ਜਾਂਦੇ ਹਨ। ਹੁਣ ਸਾਨੂੰ ਇਹ ਆ ਵੀ ਸਾਨੂੰ ਇਨਸਾਫ਼ ਚਾਹੀਦਾ ਜੀ। ਕੀ ਇਨਸਾਫ਼ ਚਾਹੁੰਦੇ ਹੋ? ਹਾਂਜੀ ਸਾਡੀ ਧੀਆਂ 'ਤੇ ਜਿਹੜਾ ਇਹਨਾਂ ਨੇ ਇੱਜ਼ਤ ਨੂੰ ਹੱਥ ਪਾਇਆ ਇਹਨਾਂ ਨੇ, ਅਤੇ ਉਹ ਸਾਡੀ ਸਖ਼ਤ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਜੀ। ਠੀਕ ਸਾਡੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਦਿਹਾੜਾ ਮਨਾ ਰਹੇ ਸੀਗੇ ਜੀ ਅਸੀਂ, ਠੀਕ ਆ ਜੀ, ਸਾਨੂੰ ਭੂਆ ਜੀ ਉਹਨਾਂ ਦਾ ਫੋਨ ਆਇਆ ਕਿ ਕੁੜੀਆਂ ਨੇ ਕਹਿੰਦੇ ਥੱਪੜ ਮਾਰ ਦਿੱਤਾ ਜੀ, ਹਾਂਜੀ, ਅਤੇ ਆਪਣੇ ਬਾਸੀ ਚੌਂਕ ਦੇ ਕੋਲ, ਠੀਕ ਆ ਜੀ, ਜਦੋਂ ਅਸੀਂ ਇੱਥੇ ਆਏ ਹਾਂ ਅਤੇ ਇਹਨਾਂ ਨੂੰ ਆ ਕੇ ਪੁੱਛਿਆ ਆ, ਅਤੇ ਇਹਨਾਂ ਨਾਲ ਥਾਣੇ ਗਏ ਹਾਂ ਅਸੀਂ ਜੀ, ਠੀਕ ਆ ਜੀ, ਥਾਣੇ ਜਾ ਕੇ ਕੰਪਲੇਂਟ ਕੀਤੀ ਆ, ਅਤੇ ਉਹ ਕਹਿੰਦੇ ਜੀ ਅਸੀਂ ਤੜਕਾ ਕਰਦੇ ਹਾਂ ਉਹਨੂੰ, ਮੁੰਡੇ ਨੂੰ ਬੁਲਾਇਆ ਵੀ ਉਹਨਾਂ ਨੇ, ਠੀਕ ਆ ਜੀ, ਜਦੋਂ ਮੁੰਡੇ ਆਏ ਆ ਇਹਨਾਂ ਦੇ ਮੁੰਡੇ ਦੇ ਮੁੰਡੇ ਆ ਜੀ ਉਹ, ਅਤੇ ਉਹ ਸਾਡੇ ਵੀ ਗੱਲ ਪਏ ਜੀ ਉੱਥੇ ਜਾ ਕੇ, ਉਹਨਾਂ ਨੇ ਸਾਨੂੰ ਵੀ ਘੇਰਿਆ, ਸਾਡੇ ਮੁੰਡੇ 'ਤੇ ਚਾਬੀ ਵੀ ਕੱਢ ਲਈ, ਠੀਕ ਆ ਜੀ, ਅਤੇ 2 ਦਿਨ ਫਿਰ ਅਸੀਂ ਥਾਣੇ ਗਏ, ਉਹ ਕਹਿੰਦੇ ਜੀ ਕਾਰਵਾਈ ਕਰਦੇ ਹਾਂ ਜੀ, ਤੁਹਾਡਾ ਮੈਡੀਕਲ ਨਹੀਂ ਆ, ਸਾਨੂੰ ਇੱਥੇ ਘੁਮਾਈ ਜਾਂਦੇ ਆ, ਜਾਣੀ ਕਿ ਹਲੇ ਤੱਕ ਉਹਨਾਂ ਕੀਤਾ ਕੁਛ ਨਹੀਂ ਹੈਗਾ ਜੀ। ਤੁਹਾਡਾ ਕੀ ਕਹਿਣਾ? ਹਾਂਜੀ ਸਾਡਾ ਕਹਿਣਾ ਤਾਂ ਇਹੀ ਆ ਜੀ, ਜਿਹੜੀ ਬੋਰਡ ਸਾਹਿਬ ਪ੍ਰਸ਼ਾਸਨ ਆ ਰਿਹਾ ਅਤੇ ਜਲਦੀ ਜਲਦੀ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਆ, ਅਤੇ ਵੀ ਜਿਹੜੇ ਗਰੀਬ ਬੰਦੇ ਲੜਕੀਆਂ ਉਹਦੇ ਨਹੀਂ ਹੱਥ ਚੱਕਿਆ, ਅੰਦਰੋਂ ਕੱਢ ਕੇ ਕੁੜੀਆਂ ਦੇ ਥੱਪੜ ਮਾਰੇ ਆ, ਅਤੇ ਅਸੀਂ ਕੰਪਲੇਂਟ ਕਰ ਲਿਖਾਤੀ ਆ ਥਾਣੇ ਵਿੱਚ, ਅਤੇ ਹਾਲੇ ਤੱਕ ਤਾਂ ਕੋਈ ਕਾਰਵਾਈ ਹੋਈ ਨਹੀਂ। ਬਾਕੀ ਪੁਲਿਸ ਵੱਲੋਂ ਸਾਡੀ ਇਹ ਪ੍ਰਸ਼ਾਸਨ ਕਹਿੰਦੇ ਵੀ ਲੜਕੀਆਂ ਆਇਆ ਹੈ, ਇੱਕ ਪਾਸੇ ਤੋਂ ਸਰਕਾਰ ਕਹਿੰਦੀ ਵੀ ਬੇਟੀਆਂ ਬਚਾਓ ਬੇਟੀਆਂ ਪੜ੍ਹਾਓ, ਅਤੇ ਬੇਟੀਆਂ ਤੋਂ ਲੋਕ ਉੱਠਦੇ ਆ। ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੀਆਂ ਭਾਣਜੀਆਂ ਵਾ, ਇਹਨਾਂ ਨਾਲ ਬਹੁਤ ਧੱਕਾ ਹੋਇਆ, ਠੀਕ ਆ, ਇਹਨਾਂ ਨੂੰ ਸਾਫ ਇਨਸਾਫ ਮਿਲਣਾ ਚਾਹੀਦਾ ਜਲਦ ਤੋਂ ਜਲਦ। ਸੀਸੀਟੀਵੀ ਕੈਮਰੇ 'ਚ ਫੁਟੇਜ, ਸੀਸੀਟੀਵੀ ਕੈਮਰੇ ਵਿੱਚ ਹਾਂਜੀ ਫੁਟੇਜ ਆਈ ਹੋਈ ਆ, ਠੀਕ ਆ ਜੀ, ਅਤੇ ਉਹਦੇ ਵਿੱਚ ਵੀ ਆਇਆ ਕਿ ਹਾਂ ਵੀ ਮੁੰਡੇ ਨੇ ਵਾਲਾਂ ਤੋਂ ਫੜ ਕੇ, ਠੀਕ ਆ, ਅੰਦਰੋਂ ਖਿੱਚ ਕੇ ਲੈ ਕੇ ਆਉਂਦੀ ਗੁਆਂਢੀ ਸਾਡੇ, ਆਹ ਮੁੰਡਾ ਭੱਜਾ ਭੱਜਾ, ਇਹ ਮੁੰਡੇ ਨੇ ਕੁੜੀ ਨੂੰ ਵਾਲਾਂ ਤੋਂ ਫੜਨਾ, ਅੰਦਰੋਂ ਫੜ ਕੇ ਲੈ ਕੇ ਅੰਦਰੋਂ ਫੜ ਕੇ ਲੈ ਕੇ ਆਇਆ। ਆਹ ਦੇਖੋ ਜੀ, ਅੰਦਰੋਂ ਫੜ ਕੇ ਵਾਲਾਂ ਤੋਂ ਫੜ ਕੇ ਲੈ ਕੇ ਆਇਆ ਕੁੜੀ ਨੂੰ, ਠੀਕ ਆ, ਬੜੀ ਮੁਸ਼ਕਿਲ ਨਾਲ ਛੜਾਇਆ ਬੰਦਿਆਂ ਨੇ, ਮਹੱਲੇ ਵਾਲੇ ਬੜੀ ਮੁਸ਼ਕਿਲ ਨਾਲ ਛੜਾਇਆ, ਜਿੱਦਾਂ ਨਾ ਕੋਈ ਕਤਲ ਕਰਨਾ ਹੁੰਦਾ ਹੈ ਬੰਦੇ ਨੇ। ਆਹ ਦੇਖੋ ਜੀ, ਮੈਂ ਛੜਾਇਆ ਜੀ ਉਹਨੂੰ ਉਹਦੇ ਘਰ, ਤੁਹਾਡੀ ਕੀ ਮੰਗ ਹੈ? ਸਾਡੀ ਜੀ ਇਹੀ ਮੰਗ ਆ ਕਾਨੂੰਨ ਤੋਂ ਕਿ ਇਹਨਾਂ ਬੰਦਿਆਂ ਨੂੰ ਜਿਹੜੇ ਬੰਦਿਆਂ ਨੇ ਨਜਾਇਜ਼ ਕੀਤੀ ਇਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਠੀਕ ਆ ਜੀ, ਅਤੇ ਬੱਚਿਆਂ ਨੂੰ ਇਨਸਾਫ਼ ਦਵਾਇਆ ਜਾਵੇ। ਮਹਾਰਾਜ ਜੀ ਇਹਨਾਂ ਨੇ ਬੇਦਗੀ ਉੱਥੇ ਥਾਣੇ ਦੇ ਵਿੱਚ ਬੜੀ ਕੀਤੀ ਹੈ। ਥਾਣੇ ਦੇ ਵਿੱਚ? ਹਾਂਜੀ ਥਾਣੇ ਦੇ ਵਿੱਚ। ਕੀ ਗੱਲ ਹੋਈ ਉੱਥੇ? ਥਾਣੇ ਦੇ ਵਿੱਚ ਇੱਦਾਂ ਹੋਇਆ ਕਿ ਕੁੜੀ ਆਪਣਾ ਦੱਸਣ ਲੱਗੀ ਕਿ ਅਰਦਾਸ ਮਹਾਰਾਜ ਦਾ ਪ੍ਰੋਗਰਾਮ ਹੈ, ਅਤੇ ਉਹਨੇ ਮੁਹਰੇ ਗੱਲ ਸੁਣੀ ਤਾਂ ਹੈ ਨਹੀਂ, ਸਿੱਧਾ ਇਹੀ ਗੱਲ ਕਹਿਤੀ ਲੈ ਵੀ ਕਿ ਉਹ ਬਾਬਾ ਦਾ ਸਾਡਾ ਉਹਦਾ ਕਰਦਾ ਹੀ ਮਰ ਗਿਆ, ਕਹਿੰਦਾ ਉਹਨੂੰ ਉਹ ਨਹੀਂ ਕਰਨਾ, ਕਹਿੰਦਾ ਇੰਨੀ ਗੱਲ ਇੰਨੀ ਬੰਦੇ ਨੇ ਗੁਰੂ ਮਹਾਰਾਜ ਦੀ ਸਾਡੇ ਮੇਰੇ ਇੰਨੀ ਬੇਅਦਬੀ ਕੀਤੀ, ਅਤੇ ਇਹਨਾਂ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਇਹਨਾਂ ਦੇ, ਮੈਂ ਬਸ ਇਹੀ ਚਾਹੁੰਦਾ। ਹਾਂਜੀ ਕੱਲ੍ਹ ਲੜਕੀਆਂ ਨੇ ਕੋਈ ਸ਼ਿਕਾਇਤ ਕੀਤੀ ਸੀ ਨਾ ਲਵੀ ਹੁੰਦੇ, ਅਤੇ ਕਿਸੇ ਲੜਕੇ ਨੇ ਥੱਪੜ ਮਾਰਿਆ ਜਾਂ ਉਹਨਾਂ ਦੇ ਗੁਰੂ ਮਹਾਰਾਜ ਜੀਆਂ ਬਾਰੇ ਕੋਈ ਗਲਤ ਸ਼ਬਦਾਵਲੀ ਵਰਤੀ ਗਈ, ਉਹਨੇ ਕੋਈ ਤੁਹਾਨੂੰ ਸ਼ਿਕਾਇਤ ਦਿੱਤੀ, ਉਹਦੇ 'ਤੇ ਕੀ ਕਾਰਵਾਈ ਹੋਵੇ? ਇਹਨਾਂ ਦਾ ਮੁਹੱਲੇ ਦੇ ਵਿੱਚ ਝਗੜਾ ਹੋਇਆ, ਗੁਰੂਆਂ ਦੇ ਨਾਲ ਗਲਤ ਸ਼ਬਦ ਵਰਤ ਸੰਬੰਧੀ ਕੋਈ ਗੱਲ ਨਹੀਂ ਸਾਹਮਣੇ ਆਈ ਨਾ ਕੋਈ ਗੱਲ ਹੋਈ ਹੈ,
ਦੂਜਾ ਜਿਹੜਾ ਝਗੜਾ ਹੋਇਆ ਲੜਕੀ ਦੇ ਨਾਲ ਜਿਹੜੀ ਉਹ ਮੁਹੱਲੇ ਦੇ ਵਿੱਚ ਝਗੜਾ ਕਰਕੇ ਉਹਦੇ ਸੰਬੰਧੀ ਸਾਡੇ ਕੋਲ ਕੰਪਲੇਂਟ ਹੈ, MLR ਮੰਗਾਈ ਹੈ, RTO ਨੂੰ ਬੁਲਾ ਕੇ ਇਹਨਾਂ ਦਾ ਟਾਈਮ ਲੈ ਗਏ ਸੀ ਵੀ ਬੈਠ ਕੇ ਕਰਨ, ਨਹੀਂ ਹੋਗਾ ਤਾਂ ਬੰਦੀ ਕਾਰਵਾਈ ਕਰ ਰਹੇ। ਇੱਕ ਪੀੜਤ ਪੱਖ ਵੱਲੋਂ ਜੀ ਇੱਕ ਉਹਨਾਂ ਸਾਨੂੰ ਵੀਡੀਓ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਇੱਕ ਲੜਕੀ ਨੂੰ ਬੁਲਾ ਕੇ ਉਹਦੇ ਨਾਲ ਕੋਈ ਕੁੱਟਮਾਰ ਕੀਤੀ ਜਾ ਰਹੀ ਹੈ। ਵੀਰੇ ਉਸੇ ਸੰਬੰਧੀ ਮੈਂ ਤੁਹਾਨੂੰ ਕਹਿ ਰਿਹਾ, ਜਿਹੜਾ ਝਗੜਾ ਹੋਇਆ ਘਰ ਦੇ ਵਿੱਚ ਜਿਹੜੀ ਕੁੱਟਮਾਰ ਹੋਈ ਉਸ ਸੰਬੰਧੀ ਆਪਾਂ ਟਾਈਮ ਲੈ ਗਏ ਅਸੀਂ ਦੋਨੇ ਤਰ੍ਹਾਂ ਬੁਲਾਇਆ ਹੈਗਾ, ਜੇ ਤਾਂ ਉਹਨਾਂ ਦੀ ਸੈਟਿਸਫੈਕਸ਼ਨ ਹੋ ਗਈ ਨਹੀਂ ਤਾਂ ਜੋ ਸਟੇਟਮੈਂਟ ਦੇਣਗੇ ਬੰਦੀ ਕਾਰਵਾਈ ਕਰਾਂਗੇ। ਠੀਕ ਹੈ।